ਅਨਿ ਸ਼ਤਜੀਰੀ ਕਾਲ ਮੇਰੇ ਪਿਆਰੇ ਦੋਸਤੋ ਕੀ ਹਾਲ ਚਾਲ ਨੇ ਜੀ ਸੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਮੂਗੀ ਤਾਂ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਬੈਸਟ ਕਲਾਸ ਲੈ ਕੇ ਆਏ ਆਂ ਪੰਜਾਬ ਦੇ ਇਗਜ਼ਾਮਾਂ ਦੇ ਵਾਸਤੇ ਜਿਹੜੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਗਜ਼ਾਮ ਦੇਣੇ ਨੇ ਸਬ ਇੰਸਪੈਕਟਰ ਦੇ ਜਾਂ ਫਿਰ ਇੰਟੈਲੀਜੈਂਸ ਦੇ ਜਿਹੜੀ ਆਪਣੇ ਰੀਕੰਡਕਟ ਕਰਾਈ ਜਾਣਗੇ ਇੰਟੈਲੀਜੈਂਸ ਵਗੈਰਾ ਦੇ ਕਲਰਕ ਦੇ ਆਪਣੇ ਆਉਣਗੇ ਇਗਜ਼ਾਮ ਠੀਕ ਹੈ ਜਿੰਗਲਾ ਹੱਥੀ ਦੇਣੇ ਨੇ ਤਾਂ ਉਹਨਾਂ ਵਾਸਤੇ ਬਹੁਤ ਹੀ ਵਧੀਆ ਕਲਾਸ ਰਹੇਗੀ ਇਹ ਠੀਕ ਹੈ ਸੋ ਨਾਂ ਨਾਲ ਆਪਾਂ ਅਨਸਰ ਦੇ ਨਾਲ ਨਾਲ ਜਿਹੜੇ ਹੋਰ ਆਪਣੇ ਜੋ ਐਕਸਟਰਾ ਪੁਆਇੰਟਸ ਹੋਣਗੇ ਠੀਕ ਹੈ ਜੀ ਸੋ ਵੀਡੀਓ ਨਾਲ ਧਿਆਨ ਨਾਲ ਦੇਖ ਲਿਓ ਤੇ ਤੁਹਾਨੂੰ ਪੀਡੀਐਫ ਮਿਲ ਜੇਗੀ ਟੈਲੀਗ੍ਰਾਮ ਚੈਨਲ ਦੇ ਉੱਪਰ ਸੋ ਉਸ ਦਾ ਲਿੰਕ ਆਪਨੇ ਵੀਡੀਓ ਦੇ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ ਠੀਕ ਹੈ ਚੈਨਲ ਦਾ ਤੇ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਹੈ ਜੀ ਸੋ ਬਿਨਾਂ ਦੇਰੀ ਕਿਤੇ ਹੋਏ ਕਲਾਸ ਨੂੰ ਸਟਾਰਟ ਕਰਦੇ ਆਪਾਂ ਫਰਸਟ ਕੁਐਸਚਨ ਆਪਣੇ ਕੋਲ ਇਹਨਾਂ ਦੇ ਵਿੱਚੋਂ ਕਿਸ ਨੇ ਨਾਨਕਸ਼ਾਹੀ ਸਿੱਕੇ ਜਾਰੀ ਕੀਤੇ ਸੀ ਤਾਂ ਦੇਖੋ ਮੇਰੇ ਅਨਸਾਰ ਦੋਸਤੋ ਪਹਿਲਾਂ ਤੁਸੀਂ ਆਪ ਵੀ ਗੈਸ ਕਰ ਸਕਦੇ ਹੋ ਸੋ ਰਾਈਟ ਆਨਸਰ ਕਿਹੜਾ ਹੋਵੇਗਾ ਤਾਂ ਜੀ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ ਠੀਕ ਹੈ ਜੀ ਤਾਂ ਦੇਖੋ ਇਸ ਦੇ ਵਿੱਚ ਬਹੁਤ ਸਾਰੇ ਬੱਚੇ ਡਾਕਟਰ ਆਉਂਦੇ ਤਾਂ ਆਪਾਂ ਇਹ ਤਿੰਨ ਕੁਐਸਚਨ ਬਣਨਗੇ ਇਸ ਦੇ ਵਿੱਚੋਂ ਕਿਹੜੇ ਕਿਹੜੇ ਬਣਨਗੇ ਦੇਖੋ ਇਸ ਦੇ ਵਿੱਚ ਪੁੱਛਿਆ ਗਿਆ ਨਾਨਕ ਸਾਈ ਸਿੱਕੇ ਤਾਂ ਇਹ ਜਾਰੀ ਕੀਤੇ ਗਏ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ ਠੀਕ ਹੈ ਤੇ ਆਪਸ਼ਨ ਸੀ ਵਿੱਚ ਤੁਸੀਂ ਦੇਖ ਰਹੇ ਹੋਗੇ ਬੰਦਾ ਸਿੰਘ ਬਹਾਦਰ ਠੀਕ ਹੈ ਸੋ ਇਹਨਾਂ ਦੁਆਰਾ ਵੀ ਇੱਕ ਸਿੱਕੇ ਜਾਰੀ ਕੀਤੇ ਗਏ ਸੀ ਜਿਨ੍ਹਾਂ ਨੂੰ ਕੀ ਕਹਿੰਦੇ ਆਪਾਂ ਸਿੱਖਾਂ ਦੇ ਸਿੱਕੇ ਠੀਕ ਹੈ ਸਿੱਕਾਂ ਦੇ ਸਿੱਕੇ ਜਿਹੜੇ ਜਾਰੀ ਕੀਤੇ ਗਏ ਸੀ ਉਹ ਬੰਦਾ ਸਿੰਘ ਬਹਾਦਰ ਦੁਆਰਾ ਜਾਰੀ ਕੀਤੇ ਗਏ ਸੀ ਇੱਕ ਪੁੱਛੀ ਜਾ ਸਕਦੇ ਨੇ ਪੇਪਰ ਦੇ ਵਿੱਚ ਸਿੱਖ ਟੋਕਨ ਠੀਕ ਹੈ ਸਿੱਖ ਟੋਕਨ ਇਹ ਪੁੱਛੀ ਜਾ ਸਕਦੇ ਨੇ ਤਾਂ ਇਹ ਕਿਹਨਾਂ ਦੁਆਰਾ ਜਾਰੀ ਕੀਤੇ ਗਏ ਸੀ ਇਹ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੇ ਗਏ ਸੀ ਠੀਕ ਹੈ ਜਰ ਜੀ ਗੁਰੂ ਨਾਨਕ ਦੇਵ ਜੀ ਦੁਆਰਾ ਸੋ ਇਹ ਜਾਰੀ ਕੀਤੇ ਗਏ ਸੀ ਤਾਂ ਯਾਦ ਰੱਖਿਓ ਨਵੀ ਸਿੱਖ ਟੋਕਨ ਗੁਰੂ ਨਾਨਕ ਦੇਵ ਜੀ ਦੁਆਰਾ ਨਾਨਕ ਸ਼ਾਹੀ ਸਿੱਕੇ ਮਹਾਰਾਜ ਰਣਜੀਤ ਸਿੰਘ ਜੀ ਦੁਆਰਾ ਤੇ ਸਿੱਖਾਂ ਦੇ ਸਿੱਕੇ ਜਿਹੜੇ ਉਹ ਬੰਦਰ ਸਿੰਘ ਬਹਾਦਰ ਦੁਆਰਾ ਇਹ ਤਿੰਨਾ ਕੁਐਸਚਨ ਬਣਨਗੇ ਤਾਂ ਕੋਈ ਪੁੱਛ ਸਕਦਾ ਹੈ ਪੇਪਰ ਦੇ ਵਿੱਚ ਯਾਦ ਰੱਖਣਾ ਰਾਜੀ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਮਲੇਰਕੋਟਲਾ ਨੇੜੇ ਕੋਪਰੇਹੜਾ ਦੀ ਯਾਦਗਾਰਾ ਜਿਹੋ ਉਹ ਕਿਸ ਦੀ ਯਾਦ ਵਿੱਚ ਬਣਾਈ ਗਈ ਹੈ ਕੋਪਰੇਹੜਾ ਦੇ ਵਿੱਚ ਜਿਹੜੀ ਯਾਦਗਾਰ ਬਣਾਈ ਗਈ ਹੈ ਉਹ ਕਿਸ ਦੀ ਯਾਦਗਾਰ ਦੇ ਵਿੱਚ ਬਣਾਈ ਗਈ ਹੈ ਰਾਜੇ ਜੀ ਰਾਜੇ ਬਿਲਕੁਲ ਰਾਈਟ ਆਨਸਰ ਹੈ ਤੁਹਾਡਾ ਆਪਸ਼ਨ ਨੰਬਰ B ਵੱਡਾ ਕਲੂਕਾਰਾ ਦੀ ਯਾਦ ਵਿੱਚ ਬਣਾਈ ਗਈ ਹੈ ਦੇਖੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਬਣਦੇ ਨੇ ਇਹਦੇ ਵਿੱਚ ਉਹ ਵੱਡਾ ਕਲੂਕਾਰਾ ਤੇ ਛੋਟਾ ਕਲੂਕਾਰਾ ਠੀਕ ਹੈ ਜੀ ਗੱਲ ਕਰਦੇ ਆਪਾਂ ਦੇਖੋ ਵੱਡਾ ਕਲੂਕਾਰਾ ਦੀ ਸਭ ਤੋਂ ਪਹਿਲਾਂ ਇਸ ਦੇ ਵਿੱਚ ਸਾਨੂੰ ਪੁੱਛਿਆ ਜਾਵੇਗਾ ਤੁਹਾਡੇ ਕੋਲੋਂ ਕਈ ਵਾਰ ਪੇਪਰ ਦੇ ਵਿੱਚ ਪੁੱਛਿਆ ਵੀ ਗਿਆ ਪਹਿਲਾਂ ਵੀ ਜਿਹੜਾ ਕੀ 5 ਫਰਵਰੀ ਇਹ ਡੇਟ ਸੀ 5 ਫਰਵਰੀ 1762 ਦੇ ਵਿੱਚ ਠੀਕ ਹੈ ਇਹ ਹੋਇਆ ਸੀ ਵੱਡਾ ਕਲੂਕਾਰਾ ਠੀਕ ਹੈ ਜਿਸ ਦੇ ਵਿੱਚ ਸੁੱ ਲਗਭਗ ਦੇ ਕਿਹਾ ਜਾਂਦਾ ਹੈ ਕਿ 35000 ਸਿੱਖ ਜਿਹੜੇ ਠੀਕ ਹੈ ਉਹ ਵੱਡੇ ਕਲੂਕਾਰ ਦੇ ਵਿੱਚ ਸੁਸ਼ੀਦ ਦੇ ਹੋਣ ਦੇ ਮੁਤਾਬਿਕ ਉਹ ਉਹਨਾਂ ਯਾਦਗਾਰ ਦੇ ਵਿੱਚ ਬਣਾਇਆ ਗਿਆ ਹੈ ਠੀਕ ਹੈ ਜਿਹੜਾ ਕਿੱਥੇ ਆ ਰਿਹਾ ਜੀ ਇਹ ਸੰਗਰੂਰ ਤੇ ਮਲੇ ਕੋਟਲਾ ਦੇ ਨੇੜੇ ਹੀ ਵਿਚਕਾਰ ਜਿ ਪੈਂਦਾ ਹੈ ਮਲੇ ਕੋਟਲਾ ਤੋਂ 12 ਕਿਲੋਮੀਟਰ ਦੀ ਦੂਰੀ ਤੇ ਹੈ ਠੀਕ ਹੈ ਤੇ ਨਾਲ ਹੀ ਤੁਸੀਂ ਯਾਦ ਰੱਖਣਾ ਹੈ 250 ਸਾਲ ਜੋ ਪੁਰਾਣੀ ਸਿੱਖ ਇਤਿਹਾਸ ਨੂੰ ਦਰਸਾਉਂਦੀ ਹੈ ਜਿਹੜੀ ਕਿ ਸਥਾਨ ਆਪਣਾ ਯਾਦਗਾਰ ਵੱਡਾ ਕਲੂਕਾਰਾ ਠੀਕ ਹੈ ਜੀ ਜਿਹੜਾ ਕਿ 16 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ ਸੋ ਇਹ ਬਣਾਇਆ ਗਿਆ ਸੀ 2011 ਦੇ ਵਿੱਚ ਠੀਕ ਹੈ ਉਸ ਸਮੇਂ ਜੋ ਆਪਣੇ ਮੁੱਖ ਮੰਤਰੀ ਸੀ ਸਾਬਕਾ ਪ੍ਰਕਾਸ਼ ਸਿੰਘ ਬਾਦਲ ਸੋਨਾ ਦੁਆਰਾ ਇਹ ਉਦਘਾਟਨ ਕੀਤਾ ਗਿਆ ਸੀ ਉਸ ਸਮੇਂ ਠੀਕ ਹੈ ਵੀ ਯਾਦ ਰੱਖਿਓ ਕਈ ਵਾਰ ਇਗਜ਼ਾਮ ਦੇ ਵਿੱਚ ਕੁਐਸਚਨ ਬਣ ਜੇ ਕਿ ਇਹ ਉਦਘਾਟਨ ਕਿਸ ਦੁਆਰਾ ਕੀਤਾ ਗਿਆ ਸੀ ਸੋ 2011 ਦੇ ਵਿੱਚ ਕੀਤਾ ਗਿਆ ਸੀ ਠੀਕ ਹੈ ਸੋ ਕਿੰਨਾ ਦੁਆਰਾ ਸਾਬਕਾ ਜੋ ਮੁੱਖ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ ਦੁਆਰਾ ਉਦਘਾਟਨ ਕੀਤਾ ਗਿਆ ਸੀ ਉਸ ਸਮੇਂ ਤੇ ਨਾਲ ਹੀ ਦੇਖੋ ਛੋਟਾ ਕਲੂ ਕਰ ਉੱਪਰ ਲਿਖਿਆ ਹੈ ਸੋ ਇਸ ਦੀ ਡੇਟ ਪੁੱਛੀ ਜਾ ਸਕਦੀ ਹੈ ਜਿਸ ਦੀ ਡੇਟ ਹੈ 1 1746 ਦੇ ਵਿੱਚ ਹੀ ਹੋਇਆ ਸੀ राजे ਠੀਕ ਹੈ ਇਹ ਤੁਹਾਨੂੰ ਪਤਾ ਲੱਗਿਆ ਜੋ ਵੱਡਾ ਕਲੂਕਾਰਾ ਸੀ ਕਪੂਰੇਟ ਦੇ ਵਿੱਚ ਲੇਕਿਨ ਛੋਟਾ ਹੋਇਆ ਸੀ राजे ਇਹ ਇਹ ਹੋਇਆ ਸੀ ਕਾਨੂੰਵਾਨ ਦੇ ਸਥਾਨ ਤੇ ਠੀਕ ਹੈ ਕਾਨੂੰਵਾਨ ਕਿੱਥੇ ਪੈਂਦਾ ਹੈ ਇਹ ਗੁਰਦਾਸਪੁਰ ਦੇ ਵਿੱਚ ਪੈਂਦਾ ਹੈ ਜੀ ਸੋ ਯਾਦ ਰੱਖਿਓ ਕਾਨੂੰਵਾਨ ਸਥਾਨ ਤੇ ਹੋਇਆ ਸੀ ਛੋਟਾ ਕਲੂਕਾਰਾ ਬਹੁਤ ਹੀ ਇੰਪੋਰਟੈਂਟ ਕੁਐਸਚਨ ਨੇ ਸੋ ਯਾਦ ਰੱਖਣਾ ਇਹਨਾਂ ਪੁਆਇੰਟਾਂ ਨੂੰ ਨੈਕਸਟ ਕੁਐਸਚਨ ਹੈ ਚੱਕ ਨਾਨਕੀ ਕਿਸ ਨਾਮ ਤੋਂ ਬਾਅਦ ਹੈ ਜੋ ਗੁਰਤੇਗਵਧ ਜੀ ਦੁਆਰਾ ਸਥਾਪਿਤ ਕੀਤਾ ਗਿਆ ਸੀ ਆ ਇਹਨਾਂ ਦੇ ਵਿੱਚੋਂ ਰਾਜੇ ਕਿਹੜਾ ਸਥਾਨ ਸੀ ਹੋ ਜਿਹੜਾ ਕਿ ਚੱਕ ਨਾਨਕੀ ਤੋਂ ਬਾਅਦ ਗੁਰਦੇਵ ਬਾਦ ਜੀ ਦਾ ਸਥਾਪਿਤ ਕੀਤਾ ਗਿਆ ਸੀ ਤਾਂ ਰਾਜੇ ਇਸ ਦੇ ਵਿੱਚੋਂ ਰਾਈਟ ਆਨਸਰ ਹੋਏਗਾ ਸੋ ਆਪਸ਼ਨ ਨੰਬਰ ਏ ਸੋ ਅਨੰਦਪੁਰ ਸਾਹਿਬ ਠੀਕ ਹੈ ਜੀ ਅਨੰਦਪੁਰ ਸਾਹਿਬ ਇਸ ਦੇ ਵਿੱਚੋਂ ਬਿਲਕੁਲ ਰਾਈਟ ਆਨਸਰ ਹੈ ਤੇ ਜਿਹੜੀ ਕਿ ਸਥਾਪਨਾ ਗੁਰਦੇਵ ਬਾਦ ਜੀ ਵੱਲ ਕੀਤੀ ਗਈ ਸੀ ਨੌਵੇਂ ਗੁਰੂ ਜੀ ਆਪਣੇ ਇਹ 1665 ਦੇ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਸੀ ਠੀਕ ਹੈ ਤੇ ਇਸ ਦੇ ਵਿੱਚੋਂ ਇੱਕ ਹੋਰ ਇੰਪੋਰਟੈਂਟ ਪੁਆਇੰਟ ਕਿਹੜਾ ਬਣਦਾ ਹੈ ਕਿ ਉਹਨਾਂ ਨੇ ਆਪਣੀ ਮਾਤਾ ਸੀ ਜਿਹੜੀ ਉਹਨਾਂ ਨੇ ਆਪਣੇ ਮਾਤਾ ਦੇ ਨਾਮ ਤੇ ਇਸ ਦਾ ਨਾਮ ਚੱਕਨਾਨਕ ਹੀ ਰੱਖਿਆ ਸੀ ਠੀਕ ਹੈ ਚੱਕਨਾਨਕ ਤੁਸੀਂ ਦੇਖ ਰਹੇ ਹੋ ਠੀਕ ਹੈ ਸੋ ਇਹਨਾਂ ਨੇ ਆਪਣੀ ਮਾਤਾ ਦੇ ਨਾਮ ਤੇ ਹੀ ਸੋ ਨਾਮ ਰੱਖਿਆ ਸੀ ਚੱਕਨਾਨਕੀ ਠੀਕ ਹੈ ਤੇ ਦੇਖੋ ਆਪਸ਼ਨ ਨੰਬਰ ਬੀ ਦੇ ਵਿੱਚ ਦੇਖ ਰਹੇ ਆਪਾਂ ਗੋਇੰਦਵਾਲ ਸਾਹਿਬ ਸੋ ਇਸ ਦੀ ਸਥਾਪਨਾ ਕਿਸ ਨੇ ਕੀਤੀ ਸੀ ਗੋਇੰਦਵਾਲ ਦੇ ਵਿੱਚ ਬੌਲੀ ਤੋਂ 99 ਕਰਵਾਏ ਗਿਆ ਸੀ ਇਹ ਗੁਰੂ ਅਮਰਦਾਸ ਜੀ ਦੁਆਰਾ ਕਰਵਾਏ ਗਿਆ ਸੀ ਜੋ ਤੀਜੇ ਗੁਰੂ ਨੇ ਆਪਣੇ ਤੇ ਖੰਡੂਰ ਸਾਹਿਬ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ ਸੀ ਜੋ ਆਪਣੇ ਦੂਜੇ ਗੁਰੂ ਨੇ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸੋਨਾਂ ਦੁ ਜੋ ਆਪਾਂ ਕੁ ਸ਼ਹਿਰ ਲਾ ਲੋ ਜਾਂ ਫਿਰ ਸ਼ਹਿਰ ਬਸਾਈ ਗਈ ਸੀ ਗੁਰੂਆਂ ਦੁਆਰਾ ਸੋ ਇਸ ਤਰ੍ਹਾਂ ਦੇ ਸ਼ਹਿਰ ਪੁੱਛੇ ਜਾ ਸਕਦੇ ਨੇ ਆਪਣੇ ਪੇਪਰ ਦੇ ਵਿੱਚ ਸੋ ਬਹੁਤ ਹੀ ਇੰਪੋਰਟੰਟ ਹੁੰਦੇ ਨੇ ਸ਼ਿਆਦਾ ਰੱਖਿਓ ਇਹਨਾਂ ਨੂੰ ਨੈਕਸਟ ਕੁਐਸਚਨ ਆ ਰਾ ਜੀ ਇੱਕ ਆਮ ਬੈਕਟੀਰੀਆ ਦੇ ਡਰੈਸਿੰਗ ਦੇ ਵਿੱਚ ਵਰਤੀ ਜਾਂਦੀ ਪੀਟ ਹੋਸ ਕੀ ਹੈ ਦੇਖੋ ਇਹ ਇੰਟੈਲੀਜੈਂਸ ਦੇ ਪੇਪਰ ਦੇ ਵਿੱਚ ਪੁੱਛਿਆ ਗਿਆ ਸੀ ਸਿੱਧਾ ਹੀ ਕੁਐਸਚਨ ਐਮ ਇਟ੍ਰੋ ਸੀ ਉੱਥੇ ਉਠਾਇਆ ਆਪਾਂ ਨੇ ਸੋ ਇੱਕ ਆਮ ਬੈਕਟੀਰੀਆ ਦੇ ਡਰੈਸਿੰਗਸ ਵਿੱਚ ਵਰਤੀ ਗਈ ਸੋ ਪੀਟ ਹੋਸ ਕਿਹੜੀ ਹੈ ਤਾਂ ਉਹ ਹੈ राजे ਆਇਡੋਫਾਰਮ ਠੀਕ ਹੈ ਆਇਡੋਫਾਰਮ ਹੈ ਜੋ ਆਪਸ਼ਨ ਨੰਬਰ ਵੀ ਦੇ ਵਿੱਚ ਦੇਖ ਰਹੇ ਹੋ ਆਇਓਡੋਫਾਰਮ ਠੀਕ ਹੈ ਜੀ ਇਸ ਤਰ੍ਹਾਂ ਹੀ ਆਨਸਰ ਹੋਏਗਾ ਜਿਹੜੀ ਕਿ ਇੱਕਦੋ ਤਿਆਰ ਕੀਤੀ ਗਈ ਸੀ ਠੀਕ ਹੈ ਮੈਂ ਦੱਸ ਦਿੰਦਾ ਇਹ 1822 ਦੇ ਵਿੱਚ ਤਿਆਰ ਕੀਤੀ ਗਈ ਸੀ ਤੇ ਇੱਕ ਤੁਹਾਨੂੰ ਇਸ ਦਿਨ ਇਹ ਕਿ ਪੁੱਛਿਆ ਜਾ ਸਕਦਾ ਹੈ ਕਿ ਇਹ ਤਿਆਰ ਕਿਵੇਂ ਕੀਤਾ ਜਾਂਦਾ ਹੈ ਦੇਖੋ राजे ਧਿਆਨ ਨਾਲ ਸੁਣਦੇ ਹੋ ਸੋ ਇਸ ਦਾ ਨਾਮ ਥੋੜਾ ਜਿਹਾ ਵੱਡਾ ਹੈ ਸੋ ਆਇਡੋਫਾਰਮ ਜਿਹੜੀ ਕਿ ਇਹ ਸੋ ਐਸੀਟੋਨ ਅਕੈਮਿਕ ਆਇਓਡਾਈਡ ਹੁੰਦੀ ਹੈ ਜਿਹੜੀ ਤੇ ਇੱਕ ਹੁੰਦੀ ਹੈ ਸੋਡੀਅਮ ਕਾਰਬੋਨੇਟ ਉਸਦੇ ਜਲਦੀ ਘੋਲ ਦੇ ਵਿੱਚ ਜਿਹੜੀ ਇਲੈਕਟ੍ਰੋਲਾਈਸਿਸ ਹੁੰਦੀ ਹੈ ਸੋ ਉਸ ਦੁਆਰਾ ਤਿਆਰ ਕੀਤੀ ਜਾਂਦੀ ਹੈ ਕਿਹੜੇ ਹੁੰਦੀ ਹੈ ਜੀ ਐਸੀਟੋਨ ਕਾਰਬੋਨਿਕ ਆਇਓਡਾਈਡ ਅਤੇ ਖੁੰਦੀ ਹੈ ਸੋਡੀਅਮ ਕਾਰਬੋਨੇਟ ਦਾ ਜਲਦਾ ਜੂ ਘੋਲ ਹੁੰਦਾ ਜਿਹੜਾ ਸੋ ਉਹਨਾਂ ਨੂੰ ਮਿਲਾ ਕੇ ਇਹ ਇੱਕ ਜੋ ਇਲੈਕਟ੍ਰੋਲਾਈਸਿਸ ਹੁੰਦਾ ਹੈ ਉਸ ਦੁਆਰਾ ਤਿਆਰ ਕੀਤਾ ਜਾਂਦਾ ਹੈ ਠੀਕ ਹੈ ਯਾਦ ਰੱਖਿਓ ਇਸ ਨੂੰ ਨੈਕਸਟ ਕੁਐਸਚਨ ਨਿਕਲ ਕਰਦੇ ਆਂ ਦੇਖੋ ਕੈਂਸਰ ਦੀ ਤਿਆਰੀ ਦੇ ਸੂਚਕ ਦੇ ਵਿੱਚ ਪਾਰ ਦਾ ਨੰਬਰ ਹੈ 13 ਜਿਹੜੀ ਰਿਪੋਰਟ ਜਾਰੀ ਕੀਤੀ ਗਈ ਸੂਚਕਾਂਗ ਜਾਰੀ ਕੀਤਾ ਗਿਆ ਸੀ 2021 ਦੇ ਮੁਤਾਬਿਕ ਹੈ ਠੀਕ ਹੈ ਜਿਸ ਦੇ ਵਿੱਚ ਸੋ ਭਾਰਤ ਨੂੰ ਨੰਬਰ ਦਿੱਤਾ ਗਿਆ ਸੀ ਇਸ ਦੇ ਵਿੱਚ 8ਵਾਂ ਠੀਕ ਹੈ ਜੀ ਜਨਨ ਕਿ ਕੋਈ ਵੀ ਬਿਮਾਰੀ ਹੈ ਜਿਵੇਂ ਕੈਂਸਰ ਵੀ ਪਾਰੀ ਹੈ ਇਸ ਤਰ੍ਹਾਂ ਲੜਨ ਦੇ ਲਈ ਸੋ ਕੋਈ ਰਾਜ ਕਿੰਨਾ ਕੁ ਪ੍ਰੇਪਰ ਹੈ ਠੀਕ ਹੈ ਜਨੇ ਕਿੰਨਾ ਕੁ ਤਿਆਰ ਹੈ ਠੀਕ ਹੈ ਉਸ ਦੇ ਵਿੱਚ ਸੋ 8ਵਾਂ ਆਪਣਾ ਭਾਰਤ ਰਾਜ ਆਉਂਦਾ ਹੈ ਜੀ ਤੇ ਜੇਕਰ ਗੱਲ ਕਰੀਏ ਰਾਜੇ 8ਵੇਂ ਨੰਬਰ ਤੇ ਇਸ ਦੇ ਵਿੱਚ ਜੋ ਅੰਕੜਾ ਦਿੱਤਾ ਗਿਆ ਇਸ ਨੂੰ 100 ਦੇ ਵਿੱਚੋਂ ਸੋ 51.6 ਦਾ ਹੀ ਅੰਕੜਾ ਦਿੱਤਾ ਗਿਆ ਹੈ ਭਾਰਤ ਨੂੰ ਠੀਕ ਹੈ ਜੀ ਤੇ ਜੇਕਰ ਗੱਲ ਕਰੀ ਸਭ ਤੋਂ ਵੱਧ ਜ਼ਿਆਦਾ ਆਪਾਂ ਜੋ ਕੰਟੀਨੁਅਲੀ ਗੱਲ ਕਰਦੇ ਆ ਤਾਂ ਉਹ ਆਸਟ੍ਰੇਲੀਆ ਦੇ ਵਿੱਚ ਦੇਖਿਆ ਗਿਆ ਜਿਸ ਦੇ ਵਿੱਚ ਅੰਕੜਾ ਹੈ 1.4 ਦਾ ਠੀਕ ਹੈ ਜੀ ਇਸੇ ਤਰ੍ਹਾਂ ਦੂਸਰੇ ਨੰਬਰ ਤੇ ਫਿਲੀਪੀਨਸ ਦਾ ਅੰਕੜਾ ਹੈ ਜੋ ਸਥਾਨ ਰੱਖਦਾ ਹੈ ਦੂਜੇ ਨੰਬਰ ਤੇ ਠੀਕ ਹੈ ਯਾਦ ਰੱਖਿਓ ਸੋ 8ਵੇਂ ਨੰਬਰ ਤੇ ਹੈ ਭਾਰਤ ਆਪਣਾ ਨੈਕਸਟ ਕੁਐਸਚਨ ਮਹਾਤਮਾ ਗਾਂਧੀ ਦੁਆਰਾ 8 ਲਿਖੀ ਕਿਤਾਬ ਦੇ ਵਿੱਚੋਂ ਕਿਹੜੀ ਕਿਤਾਬ ਲਿਖੀ ਗਈ ਹੈ ਦੇਖੋ 4 ਨਾਮ ਦਿੱਤੇ ਨੇ ਸਦਸਨ ਇਹਨਾਂ ਦੇ ਵਿੱਚੋਂ ਮਹਾਤਮਾ ਗਾਂਧੀ ਜੀ ਦੁਆਰਾ ਸੋ ਇਹਨਾਂ ਦੇ ਵਿੱਚੋਂ ਕਿਹੜੀ ਕਿਤਾਬ ਹੈ ਜੋ ਲਿਖੀ ਗਈ ਹੈ ਬਹੁਤ ਹੀ ਇੰਪੋਰਟੈਂਟ ਕੁਆਡ ਤਾਵਾ ਰ ਹੈ ਜੀ ਤਾਂ ਹੋਰ ਜਾਣਕਾਰੀ ਦੱਸਾਂ ਤੁਹਾਨੂੰ ਇਸ ਦੇ ਨਾਲ ਸੋ ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ ਤੁਹਾਡਾ ਸਿੰਧ ਸਵਰਾਜ ਜਾਂ ਫਿਰ ਕਹਿ ਦਿੰਨੇ ਆ ਇੰਡੀਆ ਹੋਮ ਰੂਲ ਜਾਂ ਕਹਿ ਦੋ ਹਿੰਦ ਸਵਰਾਜ ਜਾਂ ਫਿਰ ਇੰਡੀਆ ਹੋਮ ਰੂਲ ਜਿਹੜਾ ਕਿ 1909 ਦੇ ਵਿੱਚ ਇਹ ਸੋ ਮਹਾਤਮਾ ਗਾਂਧੀ ਦੁਆਰਾ ਲਿਖੀ ਇੱਕ ਪੁਸਤਕ ਹੈ ਠੀਕ ਹੈ ਯਾਦ ਰੱਖਿਓ ਇਸ ਨੂੰ ਜਿਸ ਦੇ ਵਿੱਚ ਉਹਨਾਂ ਨੇ ਵਰਣ ਕੀਤਾ ਸੀ ਜਿਹੜੇ ਕਿ ਉਹ ਸਵਰਾਜ ਆਧੁਨਿਕ ਸਭਿਤਾ ਜੇ ਜੰਤਰਵਾਦ ਲਾ ਲੋ ਸੋ ਉਸ ਦੇ ਬਾਰੇ ਆਪਣੇ ਜੋ ਵਿਚਾਰ ਸੀ ਨੇ ਪ੍ਰਗਟ ਕੀਤੇ ਨੇ ਇਸ ਬੁੱਕ ਦੇ ਵਿੱਚ ਠੀਕ ਹੈ 1909 ਹੈ ਰਾਜੀ ਯਾਦ ਰੱਖਿਓ ਤੇ ਇੱਕ ਬੁੱਕ ਹੈ ਡਿਸਕਵਰੀ ਆਫ ਇੰਡੀਆ ਇਹ ਵੀ ਬਹੁਤ ਹੀ ਇੰਪੋਰਟ ਬੁੱਕ ਹੈ ਡਿਸਕਵਰੀ ਆਫ ਇੰਡੀਆ ਜਿਹੜੀ ਕਿ ਆਪਣੇ ਪਹਿਲੇ ਜੋ ਪ੍ਰਧਾਨ ਮੰਤਰੀ ਹੋਏ ਨੇ ਪੰਡਤ ਜਵਾਲਾ ਨਹਿਰੂ ਜੀ ਸੋਨਾ ਦੁਆਰਾ ਲਿਖੀ ਗਈ ਹੈ ਠੀਕ ਹੈ ਵੀ ਯਾਦ ਰੱਖਿਓ ਡਿਸਕਵਰੀ ਆਫ ਇੰਡੀਆ ਪੰਡਤ ਜਵਾਲਾ ਨਹਿਰੂ ਜੀ ਦੁਆਰਾ ਲਿਖੀ ਗਈ ਹੈ ਨੈਕਸਟ ਕੁਐਸਚਨ ਹੈ ਪਹਿਲੀ ਨੇਵਲ ਕਮਾਂਡਰਸ ਕਾਨਫਰੰਸ ਜੋ ਉਹ ਕਿੱਥੇ ਜੋੜਿਤ ਕੀਤੀ ਗਈ ਸੀ ਤਾਂ ਰਾਜੀ ਇਹ ਪਹਿਲੀ ਸੀ ਤਾਂ ਕਰਕੇ ਇਹ ਇੰਪੋਰਟ ਬਣ ਜਾਂਦੀ ਹੈ ਪਹਿਲੀ ਨੇਵਲ ਕਮਾਂਡਰਸ ਜੋ ਕਾਨਫਰੰਸ ਸੀ ਇਹ ਜੋ ਤੁਸੀਂ ਕਿਤੇ ਕੀ ਸੀ ਰਾਜੇ ਨਿਊ ਦਿੱਲੀ ਦੇ ਵਿੱਚ ਆਪਸ਼ਨ ਨੰਬਰ ਸੀ ਇਸ ਦੇ ਵਿੱਚੋਂ ਬਿਲਕੁਲ ਰਾਈਟ ਆਨਸਰ ਹੈ ਜੀ ਠੀਕ ਹੈ ਇਹ ਪਹਿਲੇ ਕਰਕੇ ਇੰਪੋਰਟ ਹੈ ਤਾਂ ਕਰਕੇ ਯਾਦ ਰੱਖਿਓ ਇਸ ਨੂੰ ਨੈਕਸਟ ਕੁਐਸਚਨ ਦੇਖੋ ਨਿਮਨ ਲਿਖਤ ਵਿੱਚੋਂ ਕਿਹੜੀ ਟਰੋਫੀ ਜਿਹੜੀ 골ਫ ਨਾਲ ਜੁੜੀ ਹੋਈ ਹੈ ਤਾਂ ਦੇਖੋ ਰਾਜੇ ਇਹ ਟਰੋਫੀ ਹੁੰਦੀਆਂ ਜਿਹੜੀਆਂ ਇਸ ਦੇ ਨਾਲ ਰਿਲੇਟਡ ਐਗਜ਼ਾਮ ਦੇ ਵਿੱਚ ਜ਼ਰੂਰ ਕੁਐਸਚਨ ਤੋਂ ਉਹਨੇ ਦੇਖੇ ਹੋਣੇ ਪਿੱਛੇ ਆਪਾਂ ਐਗਜ਼ਾਮ ਦਿੱਤੇ ਨੇ ਤਾਂ ਇੱਕ ਕੁਐਸਚਨ ਜ਼ਰੂਰ ਬਣਦਾ ਐਗਜ਼ਾਮ ਦੇ ਵਿੱਚ ਸੋ ਇਸ ਦੇ ਰਿਲੇਟਡ ਆਪਾਂ ਨੇ ਵੀਡੀਓ ਪਾਈ ਹੋਈ ਹੈ ਆਪਣੇ ਚੈਨਲ ਦੇ ਉੱਪਰ ਤਾਂ ਦੇਖੋ ਰਾਜੀ ਦਾ ਰਾਈਟ ਆਨਸਰ ਹੋਵੇਗਾ ਸੋ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਹੈ ਦੇਖੋ ਕਿਵੇਂ ਦੇਖੋ ਜਿਹੜਾ ਕਿ ਮੈਟ੍ਰਿਕ ਕੱਪ ਹੈ ਠੀਕ ਹੈ ਇਹ ਕਿਸ ਨਾਲ ਸੰਬੰਧਿਤ ਹੈ ਇਹ ਫੁੱਟਬਾਲ ਨਾਲ ਸੰਬੰਧਿਤ ਹੈ ਫੁੱਟਬਾਲ ਟੂਰਨਾਮੈਂਟ ਨਾਲ ਸੰਬੰਧਿਤ ਹੈ ਦੂਸਰਾ ਹੈ ਡੈਵਿਸ ਕੱਪ ਇਹ ਕਿਸ ਨਾਲ ਸੰਬੰਧਿਤ ਹੈ ਇਹ ਰਾਜ ਹੈ ਟੈਨਿਸ ਨਾਲ ਸੰਬੰਧਿਤ ਤੀਸਰਾ ਹੈ ਥਾਮਸ ਕੱਪ ਇਹ ਕਿਸ ਨਾਲ ਸੰਬੰਧਿਤ ਹੈ ਜੀ ਥਾਮਸ ਹੈ ਬੈਡਮਿੰਟਨ ਦੇ ਨਾਲ ਠੀਕ ਹੈ ਇਹਨਾਂ ਨੇ ਪੁੱਛਿਆ ਗੋਲਫ ਨਾਲ ਤਾਂ ਇਸ ਦੇ ਆਪਸ਼ਨ ਨੰਬਰ ਡੀ ਇਸ ਦੇ ਵਿੱਚੋਂ ਬਿਲਕੁਲ ਰਾਈਟ ਆਨਸਰ ਹੋ ਜਾਏਗਾ ਤਾਂ ਇਹ ਵੀ ਯਾਦ ਰੱਖਿਓ ਜੇ ਮੈਂ ਤੁਹਾਨੂੰ ਦੱਸੇ ਨੇ ਮੈਟ੍ਰਿਕ ਕੱਪ ਫੁੱਟਬਾਲ ਨਾਲ ਡੇਵਿਸ ਕੱਪ ਪਰ ਟੈਨਸਨ ਨਾਲ ਥਾਮਸ ਕੱਪ ਹੈ ਬੈਡਮਿੰਟਨ ਨਾਲ ਠੀਕ ਹੈ ਸੋ ਯਾਦ ਰੱਖਿਓ ਇਹ ਕੁਐਸਚਨ ਨੂੰ ਤੁਸੀਂ ਦੇਖਿਓ ਇਹ ਕੁਐਸਚਨ ਜ਼ਰੂਰ ਪੁੱਛਿਆ ਜਾਏਗਾ ਐਗਜ਼ਾਮ ਦੇ ਵਿੱਚ ਨੈਕਟਰ ਆਜੇ ਕੁਐਸਚਨ ਆਪਣੇ ਕੋਲ ਮੈਰੀ ਕ్యూਰੀ ਨੇ ਆਪਣੇ ਕਿਹੜੇ ਦੋ ਨੋਬਲ ਇਨਾਮ ਜਿੱਤੇ ਸੀ ਤਾਂ ਦੇਖੋ ਰਾਜੇ ਸ਼ਾਇਦ ਤੁਹਾਨੂੰ ਇਸ ਬਾਰੇ ਦਾ ਪਤਾ ਹੋਵੇ ਲੇਕਿਨ ਹੋਰ ਵੀ ਤੁਹਾਨੂੰ ਆਪਾਂ ਐਕਸਟਰਾ ਜਾਣ ਕੇ ਦੱਸਾਂਗੇ ਨਾਲ ਤਾਂ ਮੈਰੀ ਕ్యూਰੀ ਜੀ ਉਹਨਾਂ ਨੇ ਜੋ ਦੋ ਨੋਬਲ ਪੁਰਸਕਾਰ ਜਿੱਤੇ ਸੀ ਇੱਕ ਤਾਂ ਜਿੱਤੇ ਸੀ ਫਿਜ਼ਿਕਸ ਦੇ ਵਿੱਚ ਇੱਕ ਕੈਮਿਸਟਰੀ ਦੇ ਵਿੱਚ ਆਪਸ਼ਨ ਨੰਬਰ B ਇਸ ਦੇ ਵਿੱਚੋਂ ਬਿਲਕੁਲ ਰਾਈਟ ਆਨਸਰ ਹੈ ਜਨਨਕੀ ਕਪਾਤਿਕ ਦੇ ਵਿੱਚ ਤੇ ਇਕਰ ਸਾਇੰਸ ਵਿਗਿਆਨ ਦੇ ਵਿੱਚ ਠੀਕ ਹੈ ਇਹ ਦੋ ਜਿੱਤੀ ਸੀ ਇਹਨਾਂ ਨੇ ਫਿਜ਼ਿਕਸ ਦੇ ਵਿੱਚ ਜਿੱਤਾ ਸੀ ਰਾਜੀ ਇਹਨਾਂ ਨੇ 1903 ਦੇ ਵਿੱਚ ਕਈ ਵਾਰ ਪੁੱਛਿਆ ਜਾਵੇ ਸਾਣਾ ਹੀ ਪੁੱਛ ਲੈਂਦੇ ਨੇ ਕਈ ਵਾਰ ਕੈਮਿਸਟਰੀ ਦੇ ਵਿੱਚ ਜਿੱਤਾ ਸੀ 1911 ਦੇ ਵਿੱਚ ਠੀਕ ਹੈ ਤੇ ਇਹਨਾਂ ਨੇ ਰਾਜੀ 1906 ਦੇ ਵਿੱਚ ਜਿਹੜੀ ਕਿ ਪੈਰਿਸ ਯੂਨੀਵਰਸਿਟੀ ਹੈ ਸੋ ਉਸ ਦੇ ਵਿੱਚ ਇਹ ਪ੍ਰੋਫੈਸਰ ਬਣਨ ਵਾਲੀ ਪਹਿਲੀ ਔਰਤ ਸੀ ਕਿਹੜੀ ਮੈਰੀ ਕੂਰੀ ਠੀਕ ਹੈ ਕਈ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਕਿ 1906 ਦੇ ਵਿੱਚ ਪੈਰਿਸ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਬਣਨ ਵਾਲੀ ਪਹਿਲੀ ਔਰਤ ਕੌਣ ਸੀ ਉਹ ਮਰਕਿਊਰੀ ਸੀ ਠੀਕ ਹੈ ਜਿਨ੍ਹਾਂ ਨੇ ਕੀ ਤੁਸੀਂ ਸੁਣਿਆ ਹੋਣਾ ਰੈਡੀਮ ਅਤੇ ਜੋ ਪੋਲੋਨੀਅਮ ਤੱਤ ਆਪਣੇ ਪਦਾਰਥ ਨੇ ਸੋ ਉਹਨਾਂ ਦੀ ਵੀ ਖੋਜ ਵੀ ਕੀਤੀ ਸੀ ਤੇ ਕੈਂਸਰ ਦੇ ਇਲਾਜ ਦੇ ਵਿੱਚ ਵੀ ਲੱਭਣ ਦੇ ਵਿੱਚ ਵੀ ਇਹਨਾਂ ਦੇ ਨਾਮਾਂ ਨੂੰ ਯਾਦ ਕੀਤਾ ਜਾਂਦਾ ਹੈ ਮਰਕਿਊਰੀ ਦਾ ਸੋ ਇਹਨੇ ਕਿ ਪੁਆਇੰਟ ਨੇ ਜਿਹੜੀ ਤੁਸੀਂ ਨਾਮ ਯਾਦ ਰੱਖਿਓ ਇਹਨਾਂ ਦੇ ਨੈਕਸਟ ਦੇਖੋ ਕੁਐਸਚਨ ਆ ਜਾਏ ਸੋ ਕੁਐਸਚਨ ਤੁਹਾਨੂੰ ਲੈਵਲ ਦੇਖ ਕੇ ਪਤਾ ਲੱਗ ਰਿਹਾ ਹੋਣਾ ਕਿ ਕਿੰਨੇ ਐਗਜ਼ਾਮ ਦੇ ਪੁਆਇੰਟ ਆਫ View ਨੂੰ ਲੈ ਕੇ ਇੰਪੋਰਟ ਨੇ ਠੀਕ ਹੈ ਜੀ ਸਭ ਤੋਂ ਪਹਿਲਾਂ ਜੋ ਮਨੋਕੀ ਦਿਲ ਟ੍ਰਾਂਸਪਲੈਂਟ ਸੀ ਆਪਰੇਸ਼ਨ ਕਿਸ ਸਾਲ ਦੇ ਵਿੱਚ ਕੀਤਾ ਗਿਆ ਮਨੁੱਖੀ ਦਿਲ ਟ੍ਰਾਂਸਪਲੈਂਟ ਜੋ ਉਸ ਦਾ ਆਪਰੇਸ਼ਨ ਸੀ ਜਿਹੜਾ ਉਹ ਕਿਸ ਸਾਲ ਦੇ ਵਿੱਚ ਕੀਤਾ ਗਿਆ ਸੀ ਕਿਸ ਇਅਰ ਦੇ ਵਿੱਚ ਕੀਤਾ ਗਿਆ ਸੀ ਇਹ ਤਰ੍ਹਾਂ ਜੀ ਇਸ ਦੇ ਵਿੱਚ ਵੀ ਬਹੁਤ ਸਾਰੇ ਬੱਚੇ ਡਾਕਟਰਾਂ ਦਾ ਦੇਖੋ ਆਪਸ਼ਨ ਨੰਬਰ ਇਸ ਦੇ ਵਿੱਚੋਂ ਏ ਬਿਲਕੁਲ ਰਾਈਟ ਆਨਸਰ ਹੈ 1967 ਦੇ ਵਿੱਚ ਠੀਕ ਹੈ ਜੀ ਆਪਰੇਸ਼ਨ ਤਾਂ ਕੀਤਾ ਗਿਆ ਸੀ 1967 ਦੇ ਵਿੱਚ ਲੇਕਿਨ ਜੇਕਰ ਪੁੱਛਿਆ ਜਾਵੇ ਕਿ ਪਹਿਲਾ ਸਫਲ ਸਫਲ ਹੋਇਆ ਸੀ ਜਿਹੜਾ ਪਹਿਲਾ ਸਫਲ ਦਿਲ ਟ੍ਰਾਂਸਪਲੈਂਟ ਕੀਤਾ ਗਿਆ ਸੀ ਉਹ 1968 ਦੇ ਵਿੱਚ ਕੀਤਾ ਗਿਆ ਸੀ ਸਫਲ ਜਿਹੜਾ ਕਿ ਜਿਸ ਦੇ ਨਾਮ ਸੀ ਸਰਜਨ ਨਾਰਮਨ ਦੇ ਦੁਆਰਾ ਹੀ ਕੀਤਾ ਗਿਆ ਸੀ ਸਫਲ ਠੀਕ ਹੈ ਜੀ ਤੇ 1967 ਦੇ ਵਿੱਚ ਕੀਤਾ ਗਿਆ ਸੀ ਵੈਸੇ ਮਨੁੱਖੇ ਮਨੁੱਖ ਦੇ ਮਨੁੱਖ ਤੋਂ ਮਨੁੱਖੀ ਦਾ ਟ੍ਰਾਂਸਪਲੈਂਟ ਕੀਤਾ ਗਿਆ ਸੀ ਸੋ ਜਿੰਨੇ ਵੀ ਉਹਨਾਂ ਦੀ ਮੈਡੀਕਲ ਨਰਸਿੰਗ ਤਕਨੀਕੀ ਟੀਮ ਸੀ ਠੀਕ ਹੈ ਸੋ 1967 ਦੇ ਵਿੱਚ ਇਹ ਆਪਰੇਸ਼ਨ ਕੀਤਾ ਗਿਆ ਸੀ ਯਾਦ ਰੱਖਿਓ ਰਾਜੇ ਸਫਲ ਕੀਤਾ ਗਿਆ ਸੀ 1968 ਦੇ ਵਿੱਚ ਨੈਕਸਟ ਕੁਐਸਚਨ ਹੈ ਹਿਤ ਲਿਖਾਂ ਦੇ ਵਿੱਚੋਂ ਕਿਸ ਨੇ ਮਹਾਨ ਕੋਸ਼ ਲਿਖਿਆ ਹੈ ਸੋ ਮਹਾਨ ਕੋਸ਼ ਦੀ ਇਹ ਰਚਨਾ ਸੀ ਕਿਸ ਨੇ ਕੀਤੀ ਸੀ ਰਾਜੀ ਇਹਨਾਂ ਦੇ ਵਿੱਚੋਂ ਇਹ ਕੀਤੀ ਸੀ ਰਾਜੇ ਸੋ ਆਪਸ਼ਨ ਨੰਬਰ ਬੀ ਵੀ ਬਿਲਕੁਲ ਰਾਈਟ ਆਨਸਰ ਤੁਹਾਡਾ ਸੁਪਾਈ ਕਾਂਤ ਸਿੰਘ ਦੁਆਰਾ ਠੀਕ ਹੈ ਜੀ ਸੋ ਬੀ ਆਪਸ਼ਨ ਬਿਲਕੁਲ ਰਾਈਟ ਆਨਸਰ ਹੈ ਪਾਈ ਕਾਂਤ ਸਿੰਘ ਦੁਆਰਾ ਮਹਾਂਕੋਸ਼ ਜੋ ਇਹ ਲਿਖੇਗੇ ਸੀ ਤੇ ਨਾਲ ਹੀ ਹੋਰ ਲੀਟਰ ਕੁਐਸਚਨ ਦੱਸੀ ਤੁਹਾਨੂੰ ਨਾਨਕ ਸਿੰਘ ਤੁਸੀਂ ਦੇਖ ਰਹੇ ਹੋ ਨਾ ਆਪਸ਼ਨ ਨੰਬਰ ਸੀ ਦੇ ਵਿੱਚ ਤਰਜੇ ਜੋ ਨਾਨਕ ਸਿੰਘ ਸੀ ਸੋ ਇਹਨਾਂ ਨੂੰ ਪੰਜਾਬੀ ਨਾਵਲ ਦੇ ਪਿਤਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਠੀਕ ਹੈ ਸੋ ਯਾਦ ਰੱਖਣਾ ਨਾਨਕ ਸਿੰਘ ਨੂੰ ਸੋ ਪੰਜਾਬੀ ਨਾਵਲ ਦੇ ਪਿਤਾ ਵਜੋਂ ਜਾਣਿਆ ਜਾਂਦਾ ਹੈ ਤੇ ਇੱਕ ਨਾਲ ਹੀ ਸੀ ਲੀਟਰ ਕੁਐਸਚਨ ਬਣਦਾ ਰਹੇ ਜੇ ਸੋ ਪੰਜਾਬੀ ਨਾਟਕ ਦੇ ਪਿਤਾ ਵਜੋਂ ਵੀ ਜਾਣਿਆ ਜਾਂਦਾ ਹੈ ਤਾਂ ਉਹ ਨਹੀਂ ਈਸ਼ਵਰ ਚੰਦਾ ਠੀਕ ਹੈ ਈਸ਼ਵਰ ਚੰਦਰ ਨੰਦਾ ਸੋ ਇਹਦਾ ਪੂਰਾ ਨਾਮ ਹੈ ਈਸ਼ਵਰ ਚੰਦਰ ਨੰਦਾ ਸੋ ਯਾਦ ਰੱਖਣਾ ਇਹਨਾਂ ਨੂੰ ਸੋ ਇਹ ਪੰਜਾਬੀ ਨਾਟਕ ਦੇ ਸੇ ਪਿਤਾ ਵਜੋਂ ਜਾਣੇ ਜਾਂਦੇ ਨੇ ਤੇ ਨਾਵਲ ਦੇ ਵਜੋਂ ਜਾਣੇ ਜਾਂਦੇ ਨੇ ਨਾਨਕ ਸਿੰਘ ਤੇ ਮਾਨਕੋਸ਼ ਲਿਖਿਆ ਹੈ ਭਾਈ ਕਾਂਤ ਸਿੰਘ ਦੀ ਦੁਆਰਾ ਨੈਕਸਟ ਤੁਸੀਂ ਕੁਐਸਚਨ ਦੇਖ ਰਹੇ ਹੋਵੋਗੇ ਜੰਗੇ ਆਜ਼ਾਦੀ ਯਾਦਗਾਰ ਹੈ ਜੋ ਉਹ ਕਿੱਥੇ ਸਥਿਤ ਹੈ ਜੰਗੇ ਆਜ਼ਾਦੀ ਯਾਦਗਾਰ ਰਾਜੀ ਸੋ ਇਹਨਾਂ ਦੇ ਵਿੱਚੋਂ ਚਾਰ ਪ੍ਰਸ਼ਨਾਂ ਦੇ ਵਿੱਚੋਂ ਬਿਲਕੁਲ ਰਾਈਟ ਆਨਸਰ ਹੈ ਤੁਹਾਡਾ ਆਪਸ਼ਨ ਨੰਬਰ ਬੀ ਕਰਤਾਰਪੁਰ ਦੇ ਵਿੱਚ ਠੀਕ ਹੈ ਜੀ ਕਰਤਾਰਪੁਰ ਕਿੱਥੇ ਹੈ ਇੱਕ ਕਰਤਾਰਪੁਰ ਹੈ ਰਾਜੇ ਜਲੰਧਰ ਸਾਈਡ ਠੀਕ ਹੈ ਜਲੰਧਰ ਸ਼ਹਿਰ ਦੇ ਨੇੜੇ ਹੈ ਕਰਤਾਰਪੁਰ ਜਿਹੜਾ ਕਿ ਇੱਕ ਮੈਮੋਰੀਅਲ ਯਾਦਗਾਰ ਦੇ ਤੌਰ ਤੇ ਬਣਾਇਆ ਗਿਆ ਹੈ ਯਾਦਗਾਰ ਦੇ ਤੌਰ ਤੇ ਬਣਾਇਆ ਗਿਆ ਹੈ ਠੀਕ ਹੈ ਜੀ ਜਿਨ੍ਹਾਂ ਵੀ ਆਪਣੇ ਪੰਜਾਬੀ ਭਾਈਚਾਰੇ ਦੇ ਉਹਨਾਂ ਵੱਲੋਂ ਯੋਗਦਾਨ ਦਿੱਤਾ ਗਿਆ ਸੀ ਠੀਕ ਹੈ ਉਹਨਾਂ ਕੁਰਬਾਨੀ ਦੀ ਯਾਦ ਵਿੱਚ ਇਹ ਬਣਾਇਆ ਗਿਆ ਹੈ ਜੰਗੇ ਜਾਦੀ ਯਾਦਗਾਰ ਠੀਕ ਹੈ ਜੇਕਰ ਪੁੱਛਿਆ ਜਾਵੇ ਕਿ ਸੋ ਇਸ ਦਾ ਡਿਜ਼ਾਈਨ ਜੋ ਆਰਕੀਟੈਕਚਰ ਸੀ ਉਹ ਕੌਣ ਸੀ ਸੋ ਉਹਨਾਂ ਦਾ ਨਾਮ ਹੈ ਰਾਜ ਰੇਵਾਲ ਠੀਕ ਹੈ ਰਾਜ ਰੇਵਾਲ ਇਹ ਯਾਦ ਰੱਖਿਓ ਰਾਜ ਰੇਵਾਲ ਦੁਆਰਾ ਇਹ ਆਰਕੀਟੈਕਚਰ ਡਿਜ਼ਾਈਨ ਇਹ ਜੋ ਤਿਆਰ ਕੀਤਾ ਗਿਆ ਸੀ ਤੇ ਇਹਨਾਂ ਨੂੰ ਆਪਾਂ ਕਹਿੰਦੇ ਨੇ ਸ਼ਹੀਦਾਂ ਦੀ ਮিনার ਵੀ ਕਿਹਾ ਜਾਂਦਾ ਇਸ ਨੂੰ ਕਈ ਵਾਰ ਪੁੱਛਿਆ ਜਾਵੇ ਸ਼ਹੀਦਾਂ ਦੀ ਮিনার ਕਿਸ ਨੂੰ ਕਹਿੰਦੇ ਨੇ ਜੰਗੀ ਜਦੂ ਨੂੰ ਕਹਿੰਦੇ ਆਪਾਂ ਸ਼ਹੀਦੇ ਮিনার ਜਾਂ ਸ਼ਹੀਦਾਂ ਦੀ ਮিনার ਠੀਕ ਹੈ ਸੋ ਯਾਦ ਰੱਖਿਓ ਕਰਤਾਰਪੁਰ ਦੇ ਵਿੱਚ ਦਿੱਤਾ ਹੈ ਨੈਕਸਟ ਕੁਐਸਚਨ ਪੰਜਾਬ ਦੇ ਵਿੱਚ ਪਹਿਲਾ ਔਰਤਾਂ ਦੇ ਲਈ ਡਾਕਰ ਪਾਸਪੋਰਟ ਸੇਵਾ ਕੇਂਦਰ ਕਿੱਥੇ ਖੁੱਲਿਆ ਹੈ ਠੀਕ ਹੈ ਜੀ ਰਾਜੀ ਸੋ ਪਹਿਲੀ ਦੀ ਗੱਲ ਹੋਈ ਹੈ ਇਹ ਅੱਗੇ ਪੁੱਛਿਆ ਜਾ ਸਕਦਾ ਹੈ ਠੀਕ ਹੈ ਕਰੰਟ ਦੇ ਵਿੱਚ ਵੀ ਪੁੱਛਿਆ ਜਾ ਸਕਦਾ ਹੈ ਆਉਣ ਵਾਲੇ ਇਗਜ਼ਾਮ ਜਿੰਨੇ ਵੀ ਹੋਣ ਉਹਨਾਂ ਦੀ ਪੁੱਛਿਆ ਜਾ ਸਕਦਾ ਸੋ ਔਰਤਾਂ ਦੇ ਲਈ ਪਹਿਲਾ ਡਾਕਰ ਜੋ ਪਾਸਪੋਰਟ ਸੇਵਾ ਕੇਂਦਰ ਹੈ ਰਾਜੀ ਉਹ ਖੁੱਲਿਆ ਸੀ ਫਗਵਾੜਾ ਦੇ ਵਿੱਚ ਸੀ ਆਪਸ਼ਨ ਇਸ ਦੇ ਵਿੱਚੋਂ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਕੁਝ ਇੰਪੋਰਟ ਕੁਐਸਚਨ ਹੁੰਦੇ ਨੇ ਜਿਹੜੇ ਸਿੱਧੇ ਵੀ ਇਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ ਤੇ ਇੱਕ ਕੁਐਸਚਨ ਇੱਕ ਨੰਬਰ ਦਾ ਛੋਟਾ ਜਿਹਾ ਜੋ ਕੁਐਸਚਨ ਹੈ ਉਹ ਪੱਕਾ ਹੋ ਠੀਕ ਹੈ ਯਾਦ ਰੱਖੋ ਇਸ ਨਾਮ ਨੈਕਸਟ ਕੁਸ਼ਚਨ ਨਿਕਲ ਕਰਦੇ ਹਾਂ ਸਿੱਖੋਂ ਮੀਰਾਬਾਈ ਚਾਨੂ ਨੇ ਜੋ ਡੈਸ਼ ਗੇਮ ਨਾਲ ਜੁੜੇ ਹੋਏ ਨੇ ਜੋ ਖਿਡਾਰੀ ਨਰਾਜ ਸਿੰਘ ਐਮ ਬੀਨਾਬਾਈ ਚਾਨੂ ਠੀਕ ਹੈ ਸੋ ਇਹ ਕਿਸ ਗੇਮ ਨਾਲ ਜੁੜੇ ਹੋਏ ਨੇ ਤਾਂ ਇਹਨਾਂ ਦਾ ਜੋ ਸੰਬੰਧ ਹੈ ਜੇ ਉਹ ਹੈ weight lifting ਦੇ ਨਾਲ ਸੋ ਵੀ ਆਪਸ਼ਨ ਬਿਲਕੁਲ ਰਾਈਟ ਆਨਸਰ ਹੈ ਜਨਨ ਕਿ ਭਾਰ ਚੁੱਕਣ ਦੇ ਨਾਲ ਸੰਬੰਧਤ ਹੈ weight lifting ਨਾਲ ਠੀਕ ਹੈ ਜੀ ਤੇ ਜੇਕਰ ਗੱਲ ਕਰੀਏ ਸੋ ਇਹਨਾਂ ਦੇ ਸੰਬੰਧਤ ਸੋ ਇਹਨਾਂ ਨੂੰ ਪਦਮਸ਼ਰੀ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਜੀ ਕਦੋਂ 2018 ਦੇ ਵਿੱਚ ਇਹਨਾਂ ਨੂੰ ਸਮਾਨਿਤ ਕੀਤਾ ਗਿਆ ਸੀ ਸੋ ਇਹ ਵੀ ਯਾਦ ਰੱਖਿਓ ਪਦਮ ਸ਼੍ਰੀ ਇਹਨਾਂ ਨੂੰ ਮਿਲ ਚੁੱਕੇ ਇਹਨਾਂ ਨੂੰ ਨਾਲ ਹੀ ਪਾਲ ਸਰਕਾਰ ਦੁਆਰਾ ਜੋ ਰਜੀਵ ਗਾਂਧੀ ਖੇਲਤਨ ਪੁਰਸਕਾਰ ਉਹ ਵੀ ਮਿਲ ਚੁੱਕੇ ਇਹਨਾਂ ਨੂੰ ਸੋ ਕਿ ਇਹਨਾਂ ਨੂੰ ਸਿਖਿਆਉ ਮੀਰਾ ਬਾਈ ਚੰਨੋ ਜੀ ਨੂੰ ਠੀਕ ਹੈ ਯਾਦ ਰੱਖਿਓ ਇਹਨਾਂ ਨੂੰ ਸੋ ਇਸ ਤਰ੍ਹਾਂ ਦੇ ਹੋਰ ਵੀ ਕੁਐਸਚਨ ਬਣ ਜਾਂਦੇ ਨੇ ਜਿਹੜੇ ਕਿ ਵੀ ਖੇਡ ਖਿਡਾਰੀ ਕਿਸ ਸਕੀਮ ਨਾਲ ਜੁੜੇ ਹੋਏ ਸੋ ਯਾਦ ਰੱਖਿਓ ਇਸ ਤਰ੍ਹਾਂ ਦਾ ਕੁਐਸਚਨ ਨੈਕਸਟ ਦੇਖੋ ਕੁਐਸਚਨ ਹੈ ਹੇਠ ਲਿਖਿਆਂ ਦੇ ਵਿੱਚੋਂ ਕੌਣ ਰਾਸ਼ਟਰਪਤੀ ਜਿਹੜਾ ਬਿਨਾਂ ਮੁਕਾਬਲੇ ਚੁਣਿਆ ਗਿਆ ਸੀ ਠੀਕ ਹੈ ਜੀ ਸੋ ਰਾਜੀ ਜਿਹੜਾ ਕਿ ਬਿਨਾ ਮੁਕਾਬਲੇ ਦੇ ਚੁਣੇ ਗਏ ਰਾਸ਼ਟਰਪਤੀ ਸੀ ਉਹਨਾਂ ਦਾ ਨਾਮ ਹੈ ਸ਼੍ਰੀ ਨੀਲਮ ਸੰਜੀਵ ਰੈਡੀ ਡੀ অপਸ਼ਨ ਤੁਸੀਂ ਦੇਖ ਰਹੇ ਹੋ ਨੀਲਮ ਸੰਜੀਵ ਰੈਡੀ ਸੀ ਜਿਹੜੇ ਕਿ ਬਿਨਾ ਮੁਕਾਬਲੇ ਦੇ ਚੁਣੇ ਗਏ ਰਾਸ਼ਟਰਪਤੀ ਸੀ ਤੇ ਹੁਣ ਰਾਸ਼ਟਰਪਤੀ ਚੋਣਾਂ ਹੋਣ ਵਾਲੀਆਂ ਨੇ ਰਾਜੀ ਤਾਂ ਕਰੰਟਲੀ ਹੁਣ ਟਾਈਮ ਸੀ ਜਿਹੜੇ ਰਾਸ਼ਟਰਪਤੀ ਸੀ ਸ਼੍ਰੀ ਰਾਮਨਾਥ ਕੋਵਿੰਦ ਸੀ ਠੀਕ ਹੈ ਤੇ ਪਹਿਲੇ ਜੋ ਰਾਸ਼ਟਰਪਤੀ ਸੀ ਸ਼੍ਰੀ ਰਜਿੰਦਰ ਪ੍ਰਸਾਦ ਡਾਕਟਰ ਰਜਿੰਦਰ ਪ੍ਰਸਾਦ ਠੀਕ ਹੈ ਤੇ ਹੁਣ ਚੋਣਾਂ ਹੋਣ ਵਾਲੀਆਂ ਨੇ ਦੁਬਾਰੇ ਰਾਸ਼ਟਰਪਤੀ ਦੀਆਂ ਤਾਂ ਉਹ ਕਰੰਟਲੀ ਤੁਹਾਨੂੰ ਦੱਸ ਦਾਂਗੇ ਆਪਾਂ ਅੱਗੇ ਇਸ ਟਾਈਮ ਦੇ ਠੀਕ ਹੈ ਸੋ ਯਾਦ ਰੱਖਿਓ ਇਹ ਨੈਕਸਟ ਕੁਐਸਚਨ ਸ਼ਬਦ ਹੈ ਜੋ ਸੁਨਹਿਰੀ ਕ੍ਰਾਂਤੀ ਹੀਰਡ ਦੇ ਤੇ ਮਿਸ਼ਨ ਨਾਲ ਸੋ ਕਿਸ ਨਾਲ ਸੰਬੰਧਿਤ ਨੇੜੇ ਸੰਬੰਧਿਤ ਹੈ ਜਨਨ ਕਿ ਕਿਸ ਨਾਲ ਸੰਬੰਧ ਰੱਖਦੀ ਹੈ ਸੁਨਹਿਰੀ ਕ੍ਰਾਂਤੀ ਜਬਰ ਗੋਲਡ ਰਿਵੈਲਿਊਸ਼ਨ ਆਪਾਂ ਕਹਿ ਦਿੰਨੇ ਆ ਸੋ ਇਹਨਾਂ ਦੇ ਵਿੱਚੋਂ ਕਿਸ ਨਾਲ ਸੰਬੰਧਿਤ ਸੀ ਇਹ ਤਾਂ ਜੇ ਤੁਸੀਂ ਸ਼ਾਰਟ ਪਾਉਂਡ ਦੇ ਵਿੱਚ ਵੀ ਬਹੁਤ ਵਾਰੀ ਨਾਮ ਸੁਣਿਆ ਹੋਣਾ ਠੀਕ ਹੈ ਜੀ ਐਨ ਐਚ ਐਮ ਠੀਕ ਹੈ ਜੀ ਇਸ ਨਾਲ ਸੰਬੰਧਿਤ ਸੀ ਇਹ ਜਨਨ ਕਿ ਆਪਾਂ ਕਹ ਲਈਏ ਨੈਸ਼ਨਲ ਹਾਰਟੀਕਲਚਰ ਮਿਸ਼ਨ ਸੋ ਡੀ অপਸ਼ਨ ਇਸ ਦੇ ਵਿੱਚ ਬਿਲਕੁਲ ਰਾਈਟ ਆਨਸਰ ਹੈ ਸਨੈਰੀ ਕ੍ਰਾਂਤੀ ਸੀ ਨੈਸ਼ਨਲ ਹਾਰਟੀਕਲਚਰ ਮਿਸ਼ਨ ਦੇ ਨਾਲ ਸੰਬੰਧਿਤ ਸੀ ਤੇ ਇਹ ਰਾਜੇ ਜੇਕਰ ਅਸੀਂ ਗੱਲ ਕਰੀਏ ਆਪਾਂ 1991 ਤੋਂ ਲੈ ਕੇ 2003 ਦਾ ਸੋ ਇਸ ਦਾ ਸਮਾਂ ਸੀ ਠੀਕ ਹੈ ਸੋ ਇਸ ਦੇ ਵਿਚਕਾਰ ਨੂੰ ਸੋ ਭਾਰ ਦੇ ਵਿੱਚ ਸਨੈਰੀ ਕਾਂਤੀ ਬਾਰੇ ਜਾਣਿਆ ਗਿਆ ਸੀ ਠੀਕ ਹੈ ਤਿੰਨ ਨਾਲ ਹੀ ਸਨੈਰੀ ਕਾਂਤੀ ਜਿਹੜੀ ਸ਼ਹਿਦ ਅਤੇ ਬਾਗਬਾਨੀ ਦੇ ਉਤਪਾਦਨ ਨਾਲ ਸੰਬੰਧਿਤ ਹੈ ਠੀਕ ਹੈ ਜੋ ਭਾਰ ਦੀ ਮਹੱਤਵਪੂਰਨ ਖੇਤੀਬਾੜੀ ਕ੍ਰਾਂਤੀਆਂ ਦੇ ਵਿੱਚੋਂ ਸੋ ਇਸ ਨੂੰ ਇੱਕ ਮਹੱਤਵਪੂਰਨ ਹੀ ਸਮਝਿਆ ਗਿਆ ਹੈ ਠੀਕ ਹੈ ਯਾਦ ਰੱਖਿਓ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਰਾਜੇ ਇਹ ਪੰਜਾਬ ਦੀ ਕਪਾ ਮਿੱਲ ਹੇਠ ਲਿਖੀਆਂ ਥਾਵਾਂ ਦੇ ਵਿੱਚੋਂ ਕਿਹੜੇ ਸਥਾਨ 'ਤੇ ਦਿੱਤਾ ਹੈ ਕਪਾ ਮਿੱਲਾ ਜਿਹੜੀ ਸੋ ਪੰਜਾਬ ਦੇ ਵਿੱਚ ਕਪਾ ਮਿੱਲਾ ਜੋ ਹੇਠ ਲਿਖੇ ਥਾਵਾਂ ਦੇ ਵਿੱਚੋਂ ਕਿਹੜੇ ਸਥਾਨ 'ਤੇ ਦਿੱਤਾ ਹੈ ਕਪਾ ਮਿੱਲਾ ਹੈ ਰਾਜੀ ਆਪਸ਼ਨ ਨੰਬਰ ਬੀ ਮਲੋਟ ਦੇ ਵਿੱਚ ਤਾਂ ਹੁਣ ਦੇਖੋ ਮਲੋਟ ਵਾਲਿਆਂ ਨੂੰ ਪਤਾ ਹੀ ਹੋਵੇਗਾ ਕਿ ਕਿਤੇ ਪੈਂਦਾ ਜੀ ਇਹ ਮੁਕਸਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਮਲੋਟ ਠੀਕ ਹੈ ਸੋ ਉੱਥੋਂ ਦਾ ਇੱਕ ਨਗਰ ਹੈ ਸੋ ਆਪਣਾ ਸ਼ਹਿਰ ਮਲੋਟ ਹੈ ਜਿੱਥੇ ਕਿ ਜਿਸ ਨੂੰ ਆਪਾਂ ਜਾਣਦੇ ਰਾਜੀ ਸੋ कॉटन 벨ਟ ਕਪਾਹ 벨ਟ ਆਪਾਂ ਕਹ ਦਿੰਨੇ ਆ ਠੀਕ ਹੈ ਸੋ ਇਹ ਤਕੜੀ ਪੰਜਾਬ ਦੇ ਸੋ कॉटन 벨ਟ ਦੇ ਨਾਮ ਤੇ ਜਾਣਿਆ ਜਾਂਦਾ ਹੈ ਜਿੱਥੇ ਪ੍ਰਤੀ ਕਿਲੋਮੀਟਰ ਉਤਪਾਦਨ ਦੇ ਵਿੱਚ ਭਾਰਤ ਵਿੱਚ ਸਭ ਤੋਂ ਜ਼ਿਆਦਾ ਇਹ ਕਪਾਹ ਜੋ ਮਿਲਦਾ ਹੈ ਇਹ ਸਥਾਪਿਤ ਕੀਤੀ ਗਈ ਹੈ ਸੋ ਪ੍ਰਤੀ ਕਿਲੋਮੀਟਰ ਦੇ ਉਤਪਾਦਨ ਦੇ ਵਿੱਚ ਸਭ ਤੋਂ ਜ਼ਿਆਦਾ ਕਪਾਹ ਦੇ ਵਿੱਚ ਨਾਮ ਆਉਂਦਾ ਹੈ ਇਸ ਦਾ ਮਲੋਟ ਦਾ ਠੀਕ ਹੈ ਯਾਦ ਰੱਖਿਓ ਇਸ ਨੂੰ ਨੈਕਸਟ ਕੁਐਸਚਨ ਨਿਕਲ ਕਰਦੇ ਆਂ ਦੇਖੋ ਇਹ ਕੁਐਸਚਨ ਇਗਜ਼ਾਮ ਦੇ ਪੁਆਇੰਟ ਆਫ 뷰 ਨੂੰ ਲੈ ਕੇ ਬਹੁਤ ਹੀ ਇੰਪੋਰਟੈਂਟ ਹੈ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਾਂਝਲੀ ਵੈਟਲੈਂਡਸ ਜੋ ਮੌਜੂਦ ਹੈ ਇਥੇ राजे ਵੈਟਲੈਂਡਸ ਹੈ ਵੈਟਲੈਂਡਸ ਮੌਜੂਦ ਹੈ ਕਾਂਝਲੀ ਕਾਂਝਲੀ ਹੈ राजे ਦੇਖੋ ਇਸ ਨੂੰ ਯਾਦ ਕਰਨਾ ਬਿਲਕੁਲ ਆਸਾਨ ਹੈ ਕੱਕੇ ਦੇ ਕਾਂਝਲੀ ਕੱਕੇ ਦੇ ਕਪੂਰਥਲਾ ਠੀਕ ਹੈ ਆਪਸ਼ਨ ਨੰਬਰ ਏ ਇਸ ਦੇ ਵਿੱਚ ਬਿਲਕੁਲ ਰਾਈਟ ਆਨਸਰ ਹੋਏਗਾ ਦੇਖੋ ਇਸ ਤਰ੍ਹਾਂ ਕੁਝ ਆਪਣੇ ਮਾਈਂਡ ਨੂੰ ਬਟ ਬਟਾ ਲੈ ਕਰੋ ਇੱਕ ਵਾਰ ਯਾਦ ਕਰਨ ਰੱਖ ਵਾਸਤੇ ਕੱਕੇ ਦੇ ਕਾਂਝਲੀ ਕੱਕੇ ਦੇ ਕਪੂਰਥਲਾ ਜੋ ਏਰੀਆ ਹੈ ਕਪੂਰਥਲਾ ਦਾ ਸੋ ਉੱਥੇ ਹੀ ਇਹ ਮੌਜੂਦ ਹੈ ਨਾਲ ਹੀ ਹੋਰ ਤੁਹਾਨੂੰ ਦੱਸ ਦੇਣਾ ਇਸ ਤਰ੍ਹਾਂ ਕਿਹੜੇ ਕਿਹੜੇ ਨੇ ਇੱਕ ਹੁੰਦਾ ਹਰੀਕੇ ਹਰੀਕੇ ਬੈਲਨਤਨ ਸੁਣਿਆ ਹੋਣਾ ਸੋ ਇਸ ਦੇ ਵਿੱਚ ਕਿਹੜੇ ਕਿਹੜੇ ਏਰੀਆ ਆਉਂਦਾ ਹੈ ਫਿਰੋਜ਼ਪੁਰ ਦਾ ਏਰੀਆ ਇਸ ਦੇ ਵਿੱਚ ਕਪੂਰਥਲਾ ਦਾ ਏਰੀਆ ਇਸ ਦੇ ਵਿੱਚ ਤਰਨਤਾਰਨ ਦਾ ਏਰੀਆ ਠੀਕ ਹੈ ਜੀ ਸੋ ਇਸ ਦੇ ਵਿੱਚ ਇਹਨੇ ਏਰੀਆ ਆ ਜਾਂਦੇ ਨੇ ਤੇ ਇੱਕ ਹੋਰ ਹੁੰਦੇ ਨੇ ਜੀ ਆਪਣੇ ਬੈਡਲੈਂਡ ਕਿਹੜੇ ਕਿਹੜੇ ਹੁੰਦੇ ਨੇ ਰੋਪੜ ਰੋਪੜ ਦਾ ਆਉਂਦਾ ਇੱਕ ਠੀਕ ਹੈ ਜੀ ਰੋਪੜ ਦੇ ਵਿੱਚ ਕਿਹੜਾ ਏਰੀਆ ਆਉਂਦਾ ਇਹ ਰੋਪੜ ਦੇ ਵਿੱਚ ਹੀ ਆ ਗਿਆ ਸੋ ਇਹ ਰੱਖਣਾ ਬਿਲਕੁਲ ਆਸਾਨ ਹੀ ਹੈ ਠੀਕ ਹੈ ਰੋਪੜਾ ਜੋ ਬੈਟਲੈਂਡ ਹੈ ਉਹ ਰੋਪੜ ਦੇ ਵਿੱਚ ਹੀ ਹੈ ਤੇ ਇੱਕ ਨੰਗਲ ਹੈ ਨੰਗਲ राजे ਨੰਗਲਾ ਕਿੱਥੇ ਅਨੰਦਪੁਰ ਸਾਹਿਬ ਦੇ ਵਿੱਚ ਠੀਕ ਹੈ ਇਹ ਵੀ ਯਾਦ ਰੱਖਿਓ ਅਨੰਦਪੁਰ ਸਾਹਿਬ ਦੇ ਵਿੱਚ ਹੈ ਨੰਗਲ ਵੈਟਲੈਂਡ ਠੀਕ ਹੈ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਹੈ राजे ਵਿਆਸ ਵਿਆਸ ਕੰਜ਼ਰਵੇਸ਼ਨ ਰਿਜ਼ਰਵ ਹੈ ਜਿਹੜਾ ਵਿਆਸ ਕੰਜ਼ਰਵੇਸ਼ਨ ਰਿਜ਼ਰਵ ਇਹ ਹੈ राजे ਇਹ ਕਿੱਥੇ ਹੈ ਇਹ ਵਿਆਸ ਨਦੀ ਦੇ ਨਾਲ ਹੈ राजे ਠੀਕ ਹੈ ਵਿਆਸ ਨਦੀ ਨਾਲ ਪੁੱਛ ਲੈਂਦਾ ਕਈ ਵਾਰ ਸੋ ਵਿਆਸ ਕੰਜ਼ਰਵੇਸ਼ਨ ਰਿਜ਼ਰਵ ਹੈ ਜਿਹੜਾ ਵਿਆਸ ਨਦੀ ਨਾਲ ਸਤੈ ਇੱਕ ਹੁੰਦਾ ਹੈ ਕੇਸ਼ੋਪੁਰ ਮਿਆਣੀ ਠੀਕ ਹੈ ਸੋ ਕੇਸ਼ੋ ਕੇਸ਼ੋਪੁਰ ਮਿਆਣੀ ਇਹ ਕਿੱਥੇ ਹੈ राजे ਇਹ ਹੈ ਗੁਰਦਾਸਪੁਰ ਦੇ ਵਿੱਚ ਠੀਕ ਹੈ ਜੀ ਗੁਰਦਾਸਪੁਰ ਦੇ ਵਿੱਚ ਜੀ ਲਿਖ ਦਿੱਤੀ ਦਿੱਤੇ ਮੈਂ ਤਾਂ ਨੋਟ ਕਰ ਲਿਓ ਆਪਣੇ ਕਾਪੀ ਦੇ ਉੱਪਰ ਵੈਸੇ ਦੇਖੋ ਜਿਹੜੀ ਕਿ ਆਪਣੇ ਵੈਟਲੈਂਡ ਦੇ ਨਾਲ ਜੀ ਆਪਣੇ ਵੀਡੀਓ ਕੀਤੀ ਹੈ ਚੈਨਲ ਦੇ ਉੱਪਰ ਅਪਲੋਡ ਉਹ ਚੈੱਕ ਕਰ ਲਿਓ ਠੀਕ ਹੈ ਤੇ ਕੁੱਲ ਜਿਹੜੀ ਕਿ ਵੈਟਲੈਂਡ ਦੀ ਗੱਲ ਕਰੀ ਆਪਾਂ 21 ਨੇ ਠੀਕ ਹੈ 21 ਵੈਟਲੈਂਡ ਨੇ ਜਿਸ ਦੇ ਵਿੱਚੋਂ 12 ਨੇ ਜਿਹੜੀਆਂ ਸੋ ਇਹ ਕੁਦਰਤੀ ਨੇ ਠੀਕ ਹੈ ਕੁਦਰਤੀ ਤੇ ਜਿਹੜੀਆਂ 9 ਰਹਿ ਗਈਆਂ ਬਾਕੀ ਉਹ ਮਨੁੱਖ ਦੁਆਰਾ ਬਣਾਈ ਗਈਆਂ ਨੇ ਠੀਕ ਹੈ ਇਹ ਬੇਸਿਕ ਨੌਲੇਜ ਹੁੰਦੀ ਹੈ ਕਈ ਵਾਰ ਵੈਸੀ ਪੁੱਛ ਲਿਆ ਜਾਵੇ ਕਿ ਸੋ ਕਿੰਨੇ ਵੈਟਲੈਂਡ ਮਨੁੱਖ ਦੁਆਰੇ ਪੰਜਾਬ ਦੇ ਵਿੱਚ ਸੋ 21 ਇਸਦੇ ਵਿੱਚ 12 ਨੇ ਜਿਹੜੀਆਂ ਕੁਦਰਤੀ ਬਣਾਈ ਗਈਆਂ ਨੇ ਜਨਨ ਕੀ ਕੁਦਰਤ ਦੁਆਰਾ ਬਣੀਆਂ ਹੋਈਆਂ ਨੇ ਤੇ 9 ਨੇ ਜਿਹੜੇ ਮਨੁੱਖ ਦੁਆਰਾ ਬਣਾਈ ਗਏ ਨੇ ਜਨਨ ਕੀ ਆਪਣੇ ਦੁਆਰਾ ਬਣਾਈ ਗਈਆਂ ਨੇ ਇਹ ਠੀਕ ਹੈ ਜੀ ਸੋ ਇਹ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਸੀ ਯਾਦ ਰੱਖਣਾ ਇਹਨੂੰ ਨੈਕਸਟ ਕੁਐਸਚਨ ਨਿਊ ਲਿਖਤ ਵਿੱਚੋਂ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਜੀ ਤਾਂ ਇੱਥੇ ਦੇਖੋ ਨਾਮ ਦਿੱਤਾ ਹੋਇਆ ਹੈ ਵੈਸੇ ਰਾਜ ਸਭਾ ਦਾ ਚੇਅਰਮੈਨ ਹਰ ਜੀ ਸੂਪ ਰਾਸ਼ਟਰਪਤੀ ਠੀਕ ਹੈ ਜਨਨ ਕੀ ਵਕਈਆਂ 나ਡੂ ਸੋ ਡੀ অপਸ਼ਨ ਬਿਲਕੁਲ ਰਾਈਟ ਆਨਸਰ ਹੈ ਇਸ ਦੇ ਵਿੱਚੋਂ ਠੀਕ ਹੈ ਯਾਦ ਰੱਖਣਾ ਤੇ ਰਾਜੇ ਆਪਣੇ ਕੋਲ ਲਾਸਟ ਕੁਐਸਚਨਾਂ ਦੇਖੋ ਹੀਟ ਲਿਖਣ ਦੇ ਵਿੱਚੋਂ ਕਿਹੜਾ ਦੇਸ਼ ਹੈ ਜੋ ਸਾਰਕ ਦਾ ਮੈਂਬਰ ਨਹੀਂ ਹੈ ਸਾਰਕ ਦੇਸ਼ ਦਾ ਜੋ ਮੈਂਬਰ ਨਹੀਂ ਹੈ ਇਹਨਾਂ ਦੇ ਵਿੱਚੋਂ ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਇੰਪੋਰਟ ਜਾਣਕਾਰੀ ਪੜ੍ਹਦੇ ਦੇਖੋ ਸਾਰਕ ਸਾਰਕ ਦੀ ਫੁੱਲ ਫਾਰਮ ਕੀ ਹੈ ਸਾਊਥ ਐਸੋਸੀਏਸ਼ਨ ਆਫ ਰੀਜਨਲ ਕਾਰਪੋਰੇਸ਼ਨ ਸਾਊਥ ਐਸੋਸੀਏਸ਼ਨ ਆਫ ਰੀਜਨਲ ਕਾਰਪੋਰੇਸ਼ਨ ਇਸ ਦੀ ਫੁੱਲ ਫਾਰਮ ਹੈ ਜਿਹੜਾ ਕਿ 1985 ਦੇ ਵਿੱਚ ਸਥਾਪਨਾ ਕੀਤੀ ਗਈ ਸੀ ਤੇ ਜੇਕਰ ਗੱਲ ਕਰੀ ਰਾਜੇ ਸੋ ਇਸ ਦੇ ਵਿੱਚ 8 ਦੇਸ਼ ਜੋ ਸਾਰਕ ਦੇ ਵਿੱਚ ਸ਼ਾਮਲੇ ਠੀਕ ਹੈ ਜੀ ਅੱਠ ਦੇਸ਼ ਮੈਂਬਰ ਜਿਹੜੇ ਇਸ ਦੇ ਵਿੱਚ ਸ਼ਾਮਿਲ ਨੇ ਹੁਣ ਉਹ ਮੈਂਬਰ ਦੇਸ਼ ক্রিকেট ਨੇ ਦੇਖੋ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਾਪੀ ਤੇ ਉੱਪਰ ਚਾਹੀਏ ਨੋਟ ਕਰ ਲਿਓ ਚਾਹੀਏ ਸਕਰੀਨਸ਼ਾਟ ਲੈ ਲਿਓ ਇੱਕ ਤਿਹਰਾ ਜੀ ਅਫਗਾਨਿਸਤਾਨ ਠੀਕ ਹੈ ਜੀ ਦੂਸਰਾ ਹੈ ਬੰਗਲਾਦੇਸ਼ ਤੀਸਰਾ ਹੈ ਪੁਟਾਨ ਤੇ ਚੌਥਾ ਹੈ ਮਾਲਦੀਵ ਪੰਜਵਾਂ ਹੈ ਨੇਪਾਲ ਛੇਮਾ ਹੈ ਸ਼੍ਰੀਲੰਕਾ ਸਤਮਾ ਹੈ ਪਾਕਿਸਤਾਨ ਅੱਠਵਾਂ ਹੈ ਆਪਣਾ ਇੰਡੀਆ ਤਾਂ ਇੰਡੀਆ ਵੀ ਆਪਣਾ ਇਸ ਦੇ ਵਿੱਚ ਸ਼ਾਮਿਲ ਹੈ ਰਜੇ ਦੇਖੋ ਤਾਂ ਹੁਣ ਦੇਖੋ ਇਸ ਦੇ ਵਿੱਚ ਕਿਹੜਾ ਨਹੀਂ ਹੈ ਤਾਂ ਦੇਖੋ ਨੇਪਾਲ ਵੀ ਹੈ ਬੰਗਲਾਦੇਸ਼ ਵੀ ਹੈ ਅਫਗਾਨਿਸਤਾਨ ਵੀ ਹੈ ਤਾਂ ਕਿਹੜਾ ਰਹਿ ਗਿਆ ਜੀ ਆਪਸ਼ਨ ਨੰਬਰ ਡੀ ਇਸ ਦੇ ਵਿੱਚੋਂ ਸੋ ਰਾਈਟ ਆਨਸਰ ਹੋਏਗਾ ਇਹਨਾਂ ਨੇ ਪੁੱਛੇ ਮੈਂਬਰ ਨਹੀਂ ਹੈ ਤਾਂ ਮਿਆਂਮਾਰ ਇਸ ਦੇ ਵਿੱਚੋਂ ਨਹੀਂ ਹੋਏਗਾ ਸੋ ਡੀ ਆਪਸ਼ਨ ਇਸ ਦੇ ਵਿੱਚੋਂ ਬਿਲਕੁਲ ਰਾਈਟ ਆਨਸਰ ਹੈ ਦੇਖੋ ਜੇਕਰ ਆਪਾਂ ਅੱਠੇ ਯਾਦ ਹੋਣਗੇ ਫਿਰ ਹੀ ਆਪਣਾ ਆਨਸਰ ਸਹੀ ਹੋ ਸਕਦਾ ਹੈ ਵੈਸੇ ਆਪਾਂ ਜੇਕਰ ਇੱਕ ਨਾ ਤਾਂ ਯਾਦ ਕਰ ਲਈ ਹੁਣ ਇਹ ਯਾਦ ਕਰ ਲਿਆ ਕੋਈ ਹੋਰ ਪਿਛਲੇ ਜਾਵੇ ਪੇਪਰ ਦੇ ਵਿੱਚ ਤਾਂ ਇਗਜ਼ਾਮ ਦੇ ਵਿੱਚ ਬਹੁਤ ਹੀ ਔਖਾ ਹੋ ਜਾਂਦਾ ਹੈ ਇਸ ਤਰ੍ਹਾਂ ਕੁਐਸਚਨ ਕਮਾਫ ਰਿਆ ਕੇ ਪੁੱਛੇ ਜਾਂਦੇ ਨੇ ਤੇ ਯਾਦ ਰੱਖਿਓ ਅੱਠੇ ਆਪਣੇ ਵੀਡੀਓ ਪਿੱਛੇ ਕਰਕੇ ਥੋੜਾ ਦੁਬਾਰਾ ਸੁਣ ਲਓ ਕਿਉਂਕਿ ਮੈਂ ਸ਼ਾਰਟ ਫਾਰਮ ਦੇ ਵਿੱਚ ਲਿਖੇ ਨੇ ਇਹ ਤਾਂ ਤੁਸੀਂ ਕਾਪੀ ਤੇ ਨੋਟ ਕਰ ਲਿਓ ਠੀਕ ਹੈ ਜੀ ਤੇ ਇਸੇ ਕਰਕੇ ਕਹਿੰਨਾ ਥੋੜੀ ਜਿਹੀ ਘੱਟ ਪੜੋ ਪਰ ਪੜੋ ਇੰਨਾ ਕੁ ਜਿੰਨਾ ਕਿ ਆਪਣਾ ਯਾਦ ਹੋ ਜਾਏ ਠੀਕ ਹੈ ਜੀ ਦੇਖੋ ਕਿੰਨੇ ਪੁਆਇੰਟ ਪੁਆਇੰਟਸ ਬਾਹਰ ਦੇ ਸਕਦੇ ਨੇ ਇਸ ਵਿੱਚੋਂ ਤਾਂ ਇਹ ਵੀ ਪੁੱਛਿਆ ਜਾਵੇ ਕਈ ਵਾਰ ਕਿ ਇੰਡੀਆ ਜਿਹੜਾ ਕਿ ਭਾਰਤ ਆਪਣਾ ਇਸ ਦਾ ਮੈਂਬਰ ਦੇਸ਼ ਹੈ ਹਾਂ ਹੈ ਦੇਖੋ ਕਿ ਇੰਡੀਆ ਇਸ ਵਿੱਚ ਹੈ ਸ਼ਾਮਲ ਜੇਕਰ ਆਪਣੀ ਪੂਰੀ ਜਾਣਕਾਰੀ ਪੜ੍ਹੀ ਹੋਵੇਗੀ ਤਾਂ ਆਪਾਂ ਇਸ ਦਾ ਆਨਸਰ ਦੇ ਸਕਾਂਗੇ ਠੀਕ ਹੈ ਜੀ ਤੇ ਆਈ ਹੋਪ ਤੁਹਾਨੂੰ ਸਾਰੇ ਕੁਐਸਚਨ ਜੀ ਚੰਗੀ ਤਰ੍ਹਾਂ ਸਮਝ ਲੱਗ ਗਏ ਹੋਣਗੇ ਸੋ ਇੱਥੇ ਆਪਣੀ ਕਲਾਸ ਨੂੰ ਦੀ ਸਮਾਪਤ ਠੀਕ ਹੈ ਜੀ ਸੋ ਵੀਡੀਓ ਨੂੰ ਬੱਦ-ਬੱਦ ਲਾਈਕ ਜਰੂਰ ਕਰ ਦਿਆ ਕਰੋ ਠੀਕ ਹੈ ਇਸ ਨਾਲ ਬੜੀਆ ਸਾਨੂੰ ਵੀ ਮੋਟੀਵੇਟ ਮਿਲਦਾ ਹੈ ਤੇ ਵੀਡੀਓ ਨੂੰ ਬੱਦ-ਬੱਦ ਸ਼ੇਅਰ ਕਰ ਦਿਆ ਕਰੋ ਸੋ ਚੈਨਲ ਨਾਲ ਪਿਆਰ ਕਰਦੇ ਰਹੋ ਇਸ ਤਰ੍ਹਾਂ ਹੀ ਚੈਨਲ ਨਾਲ ਜੁੜਦੇ ਰਹੋ ਇਸ ਤਰ੍ਹਾਂ ਠੀਕ ਹੈ ਜੀ ਜੇਕਰ ਕੋਈ ਇਸ ਦੇ ਵਿੱਚ ਕੋਈ ਮਿਸਟੇਕ ਹੈ ਤਾਂ ਕਮੈਂਟ ਬਾਕਸ ਨੂੰ ਦੱਸ ਦਿਓ ਸੋ ਆਪਾਂ ਸੋ ਆਪਾਂ ਵੀ ਕੋਈ ਕੋਈ ਰੱਬ ਦਾ ਰੂਪ ਨਹੀਂ ਹੈ ਕੋਈ ਸਾਰੇ ਸਹੀ ਕਰਾਂਗੇ ਠੀਕ ਹੈ ਕਈ ਵਾਰ ਤੁਹਾਡੇ ਵੱਲ ਵੀ ਕੋਈ ਚੇਂਜਮੈਂਟ ਹੋ ਸਕਦੀ ਹੈ ਕਿਤੇ ਗ ਬਾਤ ਤੋਂ ਬਾਤ ਸ਼ੇਅਰ ਕਰੋ ਚੈਨਲ ਨੂੰ ਸੋ ਚੈਨਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੋ ਨਾਲ ਵਾਲੀ ਬੈਲ ਆਈਕਨ ਆ ਪ੍ਰੈਸ ਕਰ ਲਿਓ ਉਸ ਨੂੰ ਠੀਕ ਹੈ ਜੀ ਸੋ ਮਿਲਦੇ ਹਾਂ ਨੈਕਸਟ ਟਾਈਮ ਨੈਕਸਟ ਵੀਡੀਓ ਵਿੱਚ ਤਦ ਲਈ ਓਕੇ ਥੈਂਕ ਯੂ ਥੈਂਕਸ ਫॉर ਵਾਚਿੰਗ